ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਬਟਾਲਾ 'ਚ ਸਭ ਤੋਂ ਵਿਅਸਤ ਸਿਟੀ ਰੋਡ ਹੈ, ਜਿਸ ਦੀ ਚੌੜਾਈ 35 ਫੁੱਟ ਹੈ, ਪਰ ਜਿੱਦਾਂ ਹੀ ਦਿਨ ਨਿਕਲਦਾ ਹੈ ਦੁਕਾਨਾਂ ਸਜ ਜਾਂਦੀਆਂ ਨੇ ਅਤੇ ਸੜਕ ਦੇ ਦੋਨੋਂ ਪਾਸੇ 12-12 ਫੁੱਟ ਦੁਕਾਨਦਾਰ ਆਪਣਾ ਸਮਾਨ ਲਗਾ ਦਿੰਦੇ ਨੇ, ਜਿਸ ਦੇ ਚੱਲਦਿਆਂ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਪਰ ਆਖਿਰਕਾਰ ਹੁਣ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਤੋਂ ਉੱਠਿਆ ਅਤੇ ਤਹਿਸੀਲਦਾਰ ਨੇ ਦਲਬਲ ਦੇ ਨਾਲ ਉੱਥੇ ਪਹੁੰਚ ਕੇ ਦੁਕਾਨਦਾਰਾਂ ਦੇ ਚਲਾਨ ਕੱਟੇ ਅਤੇ ਦੇਖਦੇ ਹੀ ਦੇਖਦੇ ਸੜਕ 35 ਫੁੱਟ ਹੋ ਗਈ। ਪਰ ਜਦੋਂ ਹੀ ਤਹਿਸੀਲਦਾਰ ਵਾਪਸ ਗਿਆ, ਉੱਦਾਂ ਹੀ ਫਿਰ ਦੁਬਾਰਾ ਤੋਂ ਸੜਕਾਂ 'ਤੇ ਨਜਾਇਜ਼ ਕਬਜ਼ੇ ਲੱਗ ਗਏ। ਜਿਹੜੀ ਟ੍ਰੈਫਿਕ ਦੀ ਸਮੱਸਿਆ, ਇਹਦੇ ਬਾਰੇ ਸਾਡੇ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੀ ਰਹਿਨਮਾਈ ਹੇਠ ਅਤੇ ਸਾਡੇ ਬਟਾਲਾ ਸਬ ਡਿਵੀਜ਼ਨ ਦੇ ਐਸਡੀਐਮ ਸਾਹਿਬ ਦੀ ਯੋਗ ਅਗਵਾਈ ਹੇਠ ਅਸੀਂ ਕੰਪੇਨ ਪਿਛਲੇ 2 ਹਫ਼ਤਿਆਂ ਤੋਂ ਚਲਾ ਰਹੇ ਹਾਂ ਔਰ ਕਾਫੀ ਸਾਰੇ ਚਲਾਨ ਕੱਟੇ ਆ। ਬਹੁਤ ਸਾਰਾ ਸੁਧਾਰ ਵੀ ਹੋਇਆ ਸ਼ਹਿਰ ਦੇ ਵਿੱਚ। ਸ਼ਹਿਰ ਦੇ ਜਿਹੜੇ ਸਿਟੀਜ਼ਨ ਆ, ਉਹਨਾਂ ਨੂੰ ਸਾਡੇ ਨਾਲ ਪੂਰਾ ਸਹਿਯੋਗ ਕਰਨਾ ਚਾਹੀਦਾ ਇਸ ਕੰਪੇਨ ਦੇ ਵਿੱਚ, ਕਿਉਂਕਿ ਉਹਨਾਂ ਨੇ ਆਫਟਰ ਆਲ ਇੱਥੇ ਰਹਿਣਾ ਆ। ਐਕਸ਼ਨ ਅਸੀਂ ਅੱਜ ਨੋਟਿਸ ਕੀਤਾ ਆ ਔਰ ਦੁਬਾਰਾ ਫਿਰ ਅਸੀਂ ਵਾਪਸੀ ਕੀਤੀ ਉਸੇ ਰੂਟ ਤੋਂ ਜਾ ਕੇ ਫਿਰ ਚਲਾਨ ਕੱਟੇ ਆ ਲੋਕਾਂ ਦੇ। ਦੁਕਾਨਦਾਰ ਅਗਰ ਚਾਹੁਣ ਆਪਣੀ ਦੁਕਾਨ ਦੇ ਸਾਹਮਣੇ ਕਿ ਰੋਂਗ ਪਾਰਕਿੰਗ ਨਾ ਹੋਵੇ ਤਾਂ ਉਹ ਬਹੁਤ ਵਧੀਆ ਸਹਿਯੋਗ ਕਰ ਸਕਦੇ ਆ, ਲੇਕਿਨ ਜੇ ਉਹ ਕੱਲ੍ਹ ਤੋਂ ਆਨਵਰਡਸ ਨਹੀਂ ਕਰਨਗੇ ਤਾਂ ਅਸੀਂ ਉਹ ਜੋ ਰੋਂਗ ਪਾਰਕਿੰਗ ਆ ਔਰ ਜਿੰਨੀ ਜਗ੍ਹਾ ਵੱਧ ਗੱਡੀਆਂ ਖੜੀਆਂ ਹੁੰਦੀਆਂ ਦੁਕਾਨ ਦੇ ਮੂਹਰੇ, ਉਹਦਾ ਕਮੇਟੀ ਰੂਲਸ ਦੇ ਮੁਤਾਬਕ ਉਹਨਾਂ ਨੂੰ ਅਸੀਂ ਜੁਰਮਾਨੇ ਕਰਾਂਗੇ। ਗੁਰਦਾਸਪੁਰ ਤੋਂ ਰਿਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।